ਇੱਥੇ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ, ਦੇਖ ਸਕਦੇ ਹੋ ਲਾਈਵ ਤੁਸੀਂ ਨਾ ਰਵਨੀਤ ਬਿੱਟੂ ਜੀ ਨੂੰ ਜਿਹੜਾ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਅੱਜ ਜਿਹੜਾ ਬਿੱਟੂ ਸਾਹਿਬ ਕੀ ਕਹਿਣਾ ਚਾਹੋਗੇ ਸਰ? ਰਾਘਵ ਛੱਡੇ ਦੀ ਅਸੀਂ ਤਾਂ ਅਸੀਂ ਦੇਖ ਕੇ ਦੱਸਦੇ ਆ ਸਰ, ਅੱਜ ਗ੍ਰਿਫਤਾਰੀ ਦੇ ਲਈ ਚੈਨ ਵੀ ਲਾ ਲਈ ਹੈ। ਹਰੇਕ ਕਾਂਗਰਸੀ ਨੂੰ ਜਿਹੜਾ ਪੂਰਾ ਜਿਹੜਾ ਸਾਈਡ ਤੇ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ, ਬਿਲਕੁਲ ਜਿਹੜਾ ਪੈਸੇ ਜਿਹੜਾ ਸਾਫ ਕਰਾ ਦਿੱਤਾ ਗਿਆ। ਤੇ ਅੱਜ ਜਿਹੜਾ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਜਿਹੜੀ ਹੈ ਗ੍ਰਿਫਤਾਰੀ ਦੇਣ ਲਈ ਕਿਹਾ ਗਿਆ ਸੀਗਾ, ਤੇ ਗ੍ਰਿਫਤਾਰੀ ਵੀ ਜਿਹੜੀ ਦੇ ਦਿੱਤੀ ਗਈ ਹੈ। ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ, ਦੇਖ ਸਕਦੇ ਹੋ ਕਿ ਅੱਜ ਕਾਂਗਰਸ ਦੇ ਵੱਲੋਂ ਜਿਹੜਾ ਨਗਰ ਨਿਗਮ ਦੇ ਵਿੱਚ ਜਿਹੜਾ ਪਰਚਾ ਸੀਗਾ ਉਸ ਨੂੰ ਲੈ ਕੇ ਜਿਹੜੀ ਹੈ ਗ੍ਰਿਫਤਾਰੀ ਦੇਣੀ ਸੀਗੀ। ਹੁਣ ਕਰਨ ਗ੍ਰਿਫਤਾਰੀ ਦੇ, ਹਿੰਮਤ ਆ ਜੇ, ਆ ਜਾ ਰਾਘਵ ਚੱਡੇ, ਆ ਜਾ ਦਿਖਾਈਏ ਤੈਨੂੰ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ, ਆ ਜਾ ਦਿੱਲੀ ਬੈਠ ਕੇ ਤੂੰ ਚੱਡਿਆ ਬਣਦਾ ਆਪਣੇ ਆਪ ਨੂੰ ਵੱਡਾ ਲੀਡਰ, ਆ ਇੱਥੇ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ, ਤੇਰਾ ਦੇਖੀ ਮੈਂ ਬਣਾਉਂਦਾ ਮੋਰ ਤੇਰਾ ਕਿਵੇਂ। ਯਾਦ ਰੱਖੀਏ ਗੱਲ, ਜੱਟ ਕਦੇ ਦੁਸ਼ਮਣੀ ਭੁੱਲਦਾ ਨਹੀਂ ਗਾ, ਪੰਜਾਬੀ ਕਦੇ ਦੁਸ਼ਮਣੀ ਭੁੱਲਦਾ ਨਹੀਂ, ਤੂੰ ਪਾਈ ਆ, ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ਧੱਕੇ ਨਾਲ, ਦੇਖੀ ਕਿਵੇਂ ਤੇਰਾ ਹਿਲਾਉਂਦਾ ਕੰਮ ਹੈ। ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਹਿਰਾਸਤ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ, ਜਿਹੜੇ ਕਾਂਗਰਸੀ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ, ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਫਿਲਹਾਲ ਜਿਹੜੇ ਕਾਂਗਰਸੀ ਵਰਕਰ ਨੇ ਜਿਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ, ਗੱਲਬਾਤ ਵੀ ਕਰਾਂਗੇ ਇਹਨਾਂ ਨਾਲ, ਦੇਖ ਸਕਦੇ ਹੋ ਕਿਸ ਤਰ੍ਹਾਂ। ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਾਰਪੋਰੇਸ਼ਨ ਤਾਲਾ ਲਾਇਆ ਜੀ ਲੋਕਾਂ ਦੀ ਹੱਕਾਂ ਦੀ ਆਵਾਜ਼ ਚੱਕੀ, ਉਹਦੇ ਲਈ ਸਾਨੂੰ ਅੰਦਰ ਲਿਜਾਇਆ ਜਾ ਰਿਹਾ। ਜਿੱਥੇ MLA ਗੋਗੀ ਜੀ ਨੇ ਵੀ ਉੱਥੇ ਤਾਲਾ ਲਾਇਆ, ਜਿਹੜੇ ਲੱਗੇ ਤਾਲਾ ਸੀਲਾਂ ਖੋਲੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ। ਜਿਹੜਾ ਲੋਕਾਂ ਦੀ ਹੱਕਾਂ ਲਈ ਬੋਲਦਾ ਜੀ ਉਹਨਾਂ ਨੂੰ ਧੱਕੇ ਸਹੀ ਹੋ ਰਹੀ ਉਹਨਾਂ ਨਾਲ। ਪੰਜਾਬ ਸਰਕਾਰ ਮੁਰਦਾਬਾਦ, ਧੱਕੇ ਸ਼ਾਹੀ ਹੈ ਭਗਵੰਤ ਮਾਨ ਦੀ, ਧੱਕੇ ਸ਼ਾਹੀ ਹੈ। ਸ਼ਾਂਤੀਪੂਰਨ ਢੰਗ ਨਾਲ ਆਏ ਸੀ, 307 ਦਾ ਪਰਚਾ ਦਰਜ ਹੋਵੇ, ਪਰ ਧੱਕੇ ਸ਼ਾਹੀ ਦਾ ਅੱਜ ਦੇਖ ਲਓ ਕਿਵੇਂ ਕਿਵੇਂ ਸਾਡੇ ਵਰਕਰਾਂ ਨਾਲ ਧੱਕੇ ਸ਼ਾਹੀ ਹੋ ਰਹੀ ਹੈ। ਸਾਡੇ ਜ਼ਿਲ੍ਹਾ ਪ੍ਰਧਾਨ ਉੱਤੇ ਹਮਲਾ ਹੋਇਆ, 307 ਦਾ ਪਰਚਾ ਨਹੀਂ ਦਿੱਤਾ, ਉਲਟਾ ਸਾਡੇ ਉੱਤੇ 356 ਲਾਤੀ। ਬਿਲਕੁਲ ਸਾਡੇ 2000 ਤੋਂ ਉੱਤੇ ਦੇ ਬੰਦੇ ਨੇ, ਮੰਡਲ ਪ੍ਰਧਾਨ ਬਲੋਕ ਪ੍ਰਧਾਨ ਸਾਰੇ ਆਪਣੇ ਆਪਣੇ ਏਰੀਆ ਗ੍ਰਿਫਤਾਰੀ ਦੇ ਰਹੇ ਨੇ। ਹਾਂਜੀ ਹਾਂਜੀ, ਕੋਈ ਲੇਟ ਨਹੀਂ ਹੋਏ, 12 ਵਜੇ ਦਾ ਟਾਈਮ ਸੀ, 12:30 ਵਜੇ ਆ ਕੇ ਅਸੀਂ ਗ੍ਰਿਫਤਾਰੀ ਦੇ ਦਿੱਤੀ। ਸਾਰੇ ਮੰਡਲ ਪ੍ਰਧਾਨ ਬਲੋਕ ਪ੍ਰਧਾਨ ਵਾਰਡ ਪ੍ਰਧਾਨ ਸਾਰੇ ਕਾਂਗਰਸ ਦੇ ਕੌਂਸਲਰ ਗ੍ਰਿਫਤਾਰੀ ਦੇ ਰਹੇ ਨੇ। ਧੱਕਾ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ, ਅੱਜ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ, ਜਿਹੜੀਆਂ ਕਿ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਤੇ ਪਰਚੇ ਦਰਜ ਕੀਤੇ ਗਏ। ਇੱਕ ਪਾਸੇ ਤੁਸੀਂ ਲੇਡੀਜ਼ ਦਾ ਛੇੜ ਤੇ ਹੱਥ ਰੱਖਦੇ ਹੋ, ਪੰਜਾਬ ਧੱਕਾ ਮੁੱਕੀ ਰਵਨੀਤ ਬਿੱਟੂ ਨੂੰ ਵੀ ਜਿਹੜਾ ਇੱਥੇ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ, ਦੇਖ ਸਕਦੇ ਹੋ ਲਾਈਵ ਤੁਸੀਂ ਨਾ ਰਵਨੀਤ ਬਿੱਟੂ ਜੀ ਨੂੰ ਜਿਹੜਾ ਸਰ
ਰਾਘਵ ਛੱਡੇ ਦੀ ਅਸੀਂ ਤਾਂ ਅਸੀਂ ਦੇਖ ਕੇ ਦੱਸੇ ਆ। ਅੱਜ ਗ੍ਰਿਫਤਾਰੀ ਦੇ ਲਈ ਚੈਨ ਵੀ ਲਾ ਲਈ ਹੈ। ਚਲੋ ਉੱਧਰ ਲੈ ਜਾ। ਸੋ ਲਾਈਵ ਤੁਸੀਂ